ਕਿੰਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਖੁੰਦਕ ਸੀ ਜੇ ਖੁੰਦਕ ਸੀ ਤੇ ਉੱਥੇ ਲੋਗੋ ਲੱਗੇ ਠੀਕ ਆ ਨਹੀਂ ਤੇ ਅੱਜ ਫਿਰ ਅੱਜ ਏਐਸਆਈ ਜਿਹੜਾ ਵਾ ਉਹ ਰੇਪ ਕਰਦਾ ਫੜੇਗਾ ਕੁੜੀ ਨਾਲ ਅੱਜ ਕਿਉਂ ਨਹੀਂ ਲੱਗੇ ਲੋਗੋ ਲਾਉਂਦੇ ਕਿ ਮੈਂ ਫਲਾਣਾ ਸਿੰਘ ਆ ਉਹਦੇ ਜੇ ਦੇਖਿਆ ਸਾਫ਼ ਤੌਰ ਤੇ ਕਿ ਨਿਹੰਗ ਸਿੰਘ ਜਿਹੜਾ ਵਿਅਕਤੀ ਮਗਰ ਬੈਠਾ ਨਿਹੰਗ ਸਿੰਘ ਦੇ ਬਾਣੇ 'ਚ ਲੱਗ ਰਿਹਾ ਗੋਲ ਦਮਾਲਾ ਉਹਨੇ ਸਜਾਇਆ ਹੋਇਆ ਹੈ ਮੋਟਰਸਾਈਕਲ ਤੇ ਆਂਦਾ ਹੈ ਉਸ ਦਾ ਜਿੱਥੇ ਘਟਨਾ ਹੋਈ ਆ ਉਦੀ ਕਰਪਾਨ ਦਾ ਜਿਹੜਾ ਕਵਰ ਹੁੰਦਾ ਜਿਹਨੂੰ ਅਸੀਂ ਕਵਰ ਕਹਿੰਦੇ ਆ ਉਹ ਵੀ ਉੱਥੋਂ ਮੌਜੂਦ ਮਿਲਿਆ ਜਿਸ ਤੋਂ ਸਾਫ਼ ਸ਼ਾਇਰ ਹੁੰਦਾ ਤਨਾ ਸੋਚਿਆ ਜ ਮੈਨੂੰ ਤੇ ਬੜੇ ਸਵਾਲ ਪੈਦਾ ਹੁੰਦੇ ਆ ਜਿਵੇਂ ਤੁਸੀਂ ਕਿਹਾ ਕਿ ਨਿਹੰਗ ਸਿੰਘ ਬਾਣੀ ਵਰਗਾ ਲੱਗ ਰਿਹਾ ਨਿਹੰਗ ਸਿੰਘ ਤੇ ਨਹੀਂ ਲੱਗ ਰਿਹਾ ਨਾ ਕਿ ਕਿਤੇ ਨਾ ਕਿਤੇ ਮੁਕਤੀ ਦੀ ਗੱਲ ਇਹ ਆ ਭਾਜੀ 6 ਜੂਨ ਆ ਰਿਹਾ ਤੇ 6 ਜੂਨ ਨੂੰ ਮੁਕਤ ਐਰ ਕੀ ਕਿਸੇ ਵੀ ਹੋਰ ਪਾਰਟੀ ਵੱਲੋਂ ਬਿਆਨਬਾਜ਼ੀ ਨਹੀਂ ਕੀਤੀ ਗਈ ਦੂਸ਼ਣ ਬਾਜੀ ਨੇ ਕੀਤੀ ਗਈ ਇਸ ਵਾਰੀ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਨਵੀਂ ਵਿਵੋਤਬੰਦੀ ਨਾਲ ਆਪਣਿਆਂ ਦੇ ਥਰੂ ਆਪਣਾ ਕੰਮ ਕਰਵਾ ਰਹੇ ਨੇ ਤੇ ਟਾਰਗੇਟ ਕਿਹਨੂੰ ਕੀਤਾ ਜਾ ਰਿਹਾ ਸਿੱਖੀ ਨੂੰ ਨਿਹੰਗ ਸਿੰਘ ਬਾਣਿਆਂ ਦਸਵੇਂ ਪਾਛੇ ਆਈ ਗੁਰੂ ਸਾਹਿਬ ਨੇ ਗੁਰੂ ਕੀ ਲਾਡਲੀ ਫੌਜ ਬਣਾਈ ਸੀ ਨਿਹੰਗ ਸਿੰਘ ਅਤੇ ਇੰਨੇ ਦਿਨੀ ਨਿਹੰਗ ਸਿੰਘ ਜਥੇਬੰਦੀਆਂ মিডিਆ ਦੀਆਂ ਸੁਰਖੀਆਂ ਬਟੋਰ ਰਹੀਆਂ ਗੱਲ ਕਰ ਲਈਏ ਬਟਾਲੇ ਦੀ ਤਾਂ ਬਟਾਲੇ ਵਿੱਚ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਕੁਝ ਆਗੂਆਂ ਵਿੱਚ ਇਹ ਝਗੜਾ ਹੁੰਦਾ ਜਿਸ ਵਿੱਚ ਇੱਕ ਨਿਹੰਗ ਸਿੰਘ ਦਾ ਕਤਲ ਹੋ ਜਾਂਦਾ ਹੈ ਅਗਰ ਗੱਲ ਕਰ ਰਹੀਏ ਅੰਮ੍ਰਿਤਸਰ ਦੀ ਤਾਂ ਬੀਤੇ ਦਿਨੀ ਇੱਕ ਵੀਡੀਓ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨਿਹੰਗ ਸਿੰਘ ਜਿਹੜਾ ਨੌਜਵਾਨ ਵੱਲੋਂ ਇੱਕ ਵਿਅਕਤੀ ਦਾ ਗੁੱਟ ਵੱਢ ਕੇ ਤਾਂ ਉਸ ਕੋਲੋਂ 1500 ਰੁਪਏ ਦੀ ਲੁੱਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਬਹੁਤ ਸਾਰੀਆਂ ਬਦਨਾਮੀਆਂ ਦਾ ਸਾਮਣਾ ਕਰਨਾ ਪੈ ਰਿਹਾ ਸਾਡੇ ਨਾਲ ਅੰਮ੍ਰਿਤਸਰ ਵਿੱਚ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਨੋਜ਼ਮਾਨ ਤੇ ਆਗੂ ਜਿਹੜੇ ਆ ਉਹ ਮੌਜੂਦ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ तमाम ਮੁੱਦਿਆਂ ਦੇ ਉੱਤੇ ਇਹਨਾਂ ਦੀ ਕੀ ਰਾਏ ਹੈ ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਜੋ ਬੀਤੇ ਦਿਨੀ ਜੋ ਕੁਝ ਹੋ ਰਿਹਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਗੱਲ ਕਰ ਲਈ ਬਟਾਲੇ ਤੋਂ ਜਿਸ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਪਸ ਵਿੱਚ ਆਗੂਆਂ ਦਾ ਚੜਪ ਦੇਖਣ ਨੂੰ ਮਿਲਦੀ ਹੈ ਤੇ ਕਤਲ ਹੁੰਦਾ ਤਾਂ ਬੀਤੇ ਦਿਨੀ ਵੀ ਅੰਮ੍ਰਿਤਸਰ ਵਿੱਚ ਵੀ ਇੱਕ ਵਿਅਕਤੀ ਦਾ ਗੁੱਟ ਵੱਢ ਲਿਆ ਜਾਂਦਾ 1500 ਰੁਪਏ ਪਿੱਛੇ ਕਿਹਾ ਜਾਂਦਾ ਕਿ ਨਿਹੰਗ ਸਿੰਘ ਜਿਹੜਾ ਉਹ ਵਿਅਕਤੀ ਸੀ ਜਿਸ ਤਰ੍ਹਾਂ ਨਿਹੰਗ ਸਿੰਘਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਵੇਖਦੇ ਸਭ ਨੂੰ ਵੇਖੋ ਜੀ ਜਿਵੇਂ ਹੁਣ ਬਾਬਾ ਮੇਜਰ ਸਿੰਘ ਜੀ ਬਾਰੇ ਇਹ ਚੱਲ ਰਿਹਾ ਹੈ ਵਾਦ ਕਿ ਉਹਨਾਂ ਦਾ ਵਿੱਚ ਹੱਥ ਨਹੀਂ ਤੇ ਬਾਕੀ ਕੀ ਹੁੰਦਾ ਬਾਕੀ ਜਿਹੜੇ ਜਥੇਬੰਦੀਆਂ ਕੋਈ ਵੀ ਆ ਇਹਨਾਂ ਦਾ ਫਾਇਦਾ ਚੁੱਕ ਰਹੀਆਂ ਨੇ ਉਸ ਦਿਨ ਬਾਬਾ ਮੇਜਰ ਸਿੰਘ ਜੀ ਮੱਤੀਵਾਲ ਸੀਗੇ ਉਹਨਾਂ ਦਾ ਕੋਈ ਵੀ ਇਸ ਕੇਸ ਨਾਲ ਕੋਈ ਕਿਸੇ ਤਰ੍ਹਾਂ ਦਾ ਲੈਣ-ਦੇਣ ਨਹੀਂ ਆ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਵਿਰੋਧੀ ਧਰਨੇ ਉਹ ਇਹਨਾਂ ਦਾ ਫਾਇਦਾ ਚੁੱਕ ਰਹੀਆਂ ਜੀ ਬਸ ਇੰਨੇ ਜਿਹੜਾ ਇੱਥੇ ਬੀਤੇ ਦਿਨੀ ਵੀਡੀਓ ਵਾਇਰਲ ਹੋਈ ਆ 1500 ਰੁਪਏ ਪਿੱਛੇ ਗੁੱਟ ਵੜ ਦਿੱਤਾ ਗਿਆ ਨਿਹੰਗ ਸਿੰਘ ਵੱਲੋਂ ਕਿਹਾ ਜਾ ਰਿਹਾ ਸਾਰਾ ਦਿਨ ਮੀਡੀਆ ਤੇ ਇਹ ਚੱਲਦਾ ਰਿਹਾ ਕਿ ਨਿਹੰਗ ਸਿੰਘ ਨੇ ਗੁੱਟ ਵੱਡ ਦਿੱਤਾ ਹਲੇ ਕੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੈ ਕਿ ਉਹ ਨਿਹੰਗ ਸਿੰਘ ਹੀ ਸੀ ਜਾਂ ਕੋਈ ਦੂਸਰਾ ਵਿਅਕਤੀ ਸੀ ਇਸ ਬਾਰੇ ਅਸੀਂ ਪੁਸ਼ਟੀ ਨਹੀਂ ਕਰ ਪਾਨੇ ਲੇਕਿਨ ਜੋ ਮੀਡੀਆ ਚ ਚੱਲਿਆ ਜਾਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਨਿਹੰਗ ਸਿੰਘ ਵੱਲੋਂ ਗੁੱਟ ਵੱਡ ਦਿੱਤਾ ਗਿਆ ਕਿਸ ਤਰ੍ਹਾਂ ਵਿੱਚ ਕਿ ਉਸ ਨੂੰ ਬਿਲਕੁਲ ਜੀ ਉਹ ਨਿਹੰਗ ਸਿੰਘ ਨਹੀਂ ਸੀਗੇ ਉਹ ਨਿਹੰਗ ਸਿੰਘਾਂ ਦੀ ਆਰ ਵਿੱਚ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਿਲਕੁਲ ਉਹ ਨਿਹੰਗ ਸਿੰਘ ਨਹੀਂ ਸੀਗੇ ਉਹਨਾਂ ਦੀ ਆਰ ਵਿੱਚ ਜਿਹੜੇ ਨਿਹੰਗ ਸਿੰਘਾਂ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਤੇ ਅਸੀਂ ਇਹ ਚੀਜ਼ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜਿਹੜੀ ਕਾਰਵਾਈ ਦੀ ਆ ਉਹ ਵੀ ਗੱਲ ਕੀਤੀ ਜਾ ਰਹੀ ਕਹਿੰਦੇ ਨੇ ਹੰਗ ਸਿੰਘ ਜੱਥੇਬੰਦੀਆਂ ਨੂੰ ਬਿਨਾ ਗੱਲ ਤੋਂ ਜਿਹੜਾ ਹੈ ਬਦਨਾਮ ਹੈ ਉਹ ਕੀਤਾ ਜਾ ਰਿਹਾ ਸਾਡੇ ਨਾਲ ਸੰਤ ਸਪਾਈ ਗਰੁੱਪ ਤੋਂ ਦਵਿੰਦਰ ਸਿੰਘ ਜੀ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਦਵਿੰਦਰ ਜੀ ਕਿਸ ਤਰ੍ਹਾਂ ਵੇਖਦੇ ਸਾਬ ਮਾਮਲੇ ਨੂੰ ਪਿਛਲੇ 2 ਸਾਲਾਂ ਤੋਂ ਨੇ ਹੰਗ ਸਿੰਘ ਜੱਥੇਬੰਦੀਆਂ ਨੂੰ ਬਹੁਤ ਸਾਰਾ ਟਾਰਗੇਟ ਕੀਤਾ ਜਾ ਰਿਹਾ ਸ਼ੁਰੂਆਤ ਕਰਦਾ ਹਾਂ ਕਰਫਿਊ ਦੇ ਉਹ ਦਿਨਾਂ ਦੀ ਜਦੋਂ ਪਟਿਆਲੇ ਦੇ ਵਿੱਚ ਦੋ ਨਿਹ ਇੱਕ ਪੁਲਿਸ ਵਾਲੇ ਦਾ ਜਿਹੜਾ ਹੈ ਗੁੱਟ ਵੜਿਆ ਗਿਆ ਤਾਂ ਦੋ ਦਿਨਾਂ ਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਅਗਰ ਗੱਲ ਕਰੀਏ ਪੱਟੀ ਦੀ ਤਾਂ ਉੱਥੇ ਵੀ ਦੋ ਨਿਹੰਗ ਸਿੰਘਾਂ ਦਾ ਜਿਹੜਾ ਐਨਕਾਊਂਟਰ ਹੈ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਉਸ ਤੋਂ ਵੀ ਬਦਨਾਮੀ ਤੋਂ ਬਹੁਤ ਜ਼ਿਆਦੀ ਮਿਲੀ ਜਿਸ ਤੋਂ ਬਾਅਦ ਫਿਰ ਬਟਾਲੇ 'ਚ ਨਿਹੰਗ ਸਿੰਘਾਂ ਦੀ ਝੜਪ ਹੁੰਦੀ ਹੈ ਉਸ ਤੇ ਵਿੱਚ ਵੀ ਇੱਕ ਨਿਹੰਗ ਸਿੰਘ ਦਾ ਕਤਲ ਹੋ ਜਾਂਦਾ ਤੇ ਇੱਕ ਨੂੰ ਬੀਤੇ ਦਿਨੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹਜੇ ਉਹ ਮਾਮਲਾ ਠੰਡਾ ਨਹੀਂ ਹੋਇਆ ਕਿ ਅੰਮ੍ਰਿਤਸਰ 'ਚ ਵੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਨਿਹੰਗ ਸਿੰਘ ਵੱਲੋਂ ਇੱਕ ਵਿਅਕਤੀ ਦਾ ਜੋ ਕਿਰਤ ਕਰਦਾ ਉਸ ਦਾ ਗੁੱਟ ਵੱਢ ਦਿੱਤਾ ਗਿਆ ਤੇ ਉਸ ਕੋਲੋਂ માત્ર 1500 ਰੁਪਏ ਲੁੱਟ ਕੇ ਫਰਾਰ ਹੋ ਗਏ ਕਿਸ ਤਰ੍ਹਾਂ ਵਿਖਦੇ ਸਭ ਨੂੰ ਕਿ ਹੁਣ ਨਿਹੰਗ ਸਿੰਘ ਜਥੇਬੰਦਿਆਂ ਦਾ ਅਕਸ਼ ਕਿ ਹੁੰਦਾ ਜਾ ਰਿਹਾ ਕਿਉਂਕਿ ਗੁਰੂ ਕੀ ਲਾਡਲੀ ਫੌਜ ਕਿਹਾ ਜਾਂਦਾ ਸੀ ਜੇ ਇਸ ਤਰ੍ਹਾਂ ਦੇ ਕੰਮ ਨਿਹੰਗ ਸਿੰਘ ਜਥੇਬੰਦਿਆਂ ਕਰਨੀਆਂ ਤੇ ਕੀ ਲੋਕ ਉਸ ਨੂੰ ਗੁਰੂ ਕੀ ਲਾਡਲੀ ਫੌਜ ਕਹਿਣਗੇ ਕਿਉਂਕਿ ਜਿਹੜੇ ਸ਼ਹਿਰੀ ਤਫਕਾ ਹੁੰਦਾ ਉਹਨਾਂ ਦੇ ਮਨ 'ਚ ਖੋਫ ਇੱਕ ਪੈਦਾ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਕੋਲ ਸ਼ਸਤਰ ਹੁੰਦੇ ਆ ਤੇ ਇਹ ਕਿਸੇ ਨੂੰ ਵੀ ਮਾਰ ਸਕਦੇ ਆ ਇਹ ਇਹ ਖੋਫ ਵੱਧਦਾ ਜਾ ਰਿਹਾ ਕਿਸ ਤਰ੍ਹਾਂ ਇਸ ਨੂੰ ਇਸ ਤੇ ਠੱਲ ਪਾਈ ਜਾ ਸਕਦੀ ਹੈ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਨਵੀਰ ਜੀ ਪਹਿਲੀ ਗੱਲ ਤੇ ਆ ਕਿ ਤੁਹਾਡੇ ਸਵਾਲ ਬਹੁਤ ਨੇ ਤੇ ਇਹਨਾਂ ਦਾ ਵਾਰੋ ਵਾਰੀ ਮੈਂ ਜਵਾਬ ਦਵਾਂਗਾ ਸਭ ਤੋਂ ਪਹਿਲਾਂ ਪਟਿਆਲੇ ਤੋਂ ਸ਼ੁਰੂ ਕਰਦੇ ਆਪਾਂ ਪਟਿਆਲੇ ਦੇ ਵਿੱਚ ਨਿਹੰਗ ਸਿੰਘਾਂ ਦੇ ਨਾਲ ਕੋਵਿਡ ਦੀਆਂ ਹਦਾਇਤਾਂ ਨੂੰ ਲੈ ਕੇ ਇੱਕ ਤਕਰਾਰ ਹੁੰਦੀ ਆ ਜਿਹੜੀ ਆਮ ਲੋਕਾਂ ਦੇ ਸਮਝ ਦੇ ਵਿੱਚ ਆਉਂਦੀ ਆ ਉਹ ਵਿਚਾਰ ਸ਼ੁਰੂ ਹੋਈ ਕਿਹੜੇ ਵੇਲੇ ਤਕਰਾਰ ਤੇ ਪਹੁੰਚ ਗਈ ਤੇ ਕਿਹੜੇ ਵੇਲੇ ਬਾਣਾ ਵਾਪਰ ਗਿਆ ਉਹ ਨੂੰ ਹੀ ਮੰਨਦ ਭਾਗਾ ਪਹਿਲਾਂ ਵੀ ਕਹਿੰਦੇ ਸੀ ਅੱਜ ਵੀ ਕਹਿੰਦੇ ਆ ਕਿ ਨਹੀਂ ਹੋਣਾ ਚਾਹੀਦਾ ਉਹ ਦੋਵਾਂ ਤਰ੍ਹਾਂ ਦੀ ਗਲਤੀ ਸੀ ਮਸਲਾ ਹੱਲ ਹੋ ਸਕਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਪੰਜਾਬ ਪੁਲਿਸ ਦਾ ਅਕਸ ਵੀ ਤੁਹਾਡੇ ਸਾਹਮਣੇ ਆ ਕਿਦਾਂ ਲੋਕਾਂ ਨਾਲ ਧੱਕਾ ਕਰਦੀ ਆ ਤੇ ਇਹ ਨਿਹੰਗ ਸਿੰਘ ਬਾਣੇ ਵਾਲੇ ਜਿਹੜੇ ਤੁਹਾਨੂੰ ਪਤਾ ਫੌਜਾਂ ਵਾ ਇਹਨਾਂ ਦਾ ਅਕਸ ਵੀ ਤੁਹਾਨੂੰ ਪਤਾ ਵਾ ਕਿ ਇਹ ਜ਼ੁਲਮ ਦੇ ਖਿਲਾਫ ਖੜ ਜੰਦੇ ਜਿੱਥੇ ਗੱਲ ਗਲਤ ਤੇ ਖੜਦੇ ਨੇ ਚਲੋ ਉਹ ਮੈਟ ਹੱਲ ਹੋ ਗਿਆ ਜਾਂ ਗੁੱਟ ਵੱਢਿਆ ਗਿਆ ਉਹਦੀ ਖੁੰਦਕ ਕਿਤੇ ਨਾ ਕਿਤੇ ਸਾਰੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਪਾਈ ਗਈ ਕਿਉਂਕਿ ਉਹਨਾਂ ਨੇ ਕੱਲਿਆ-ਕੱਲੇ ਲੋਗੋ ਲਾਇਆ ਸੀ ਮੈਂ ਹਰਜੀਤ ਸਿੰਘ ਲਾਇਆ ਸੀ ਉਸ ਤੋਂ ਬਾਅਦ ਕੀ ਕੀਤਾ ਕਿ ਨਾਲ ਹੀ ਮੈਟਰ ਜਿਹੜਾ ਵਾ ਉਹ ਕਿਤੇ ਨਾ ਕਿਤੇ ਮੈਂ ਵੀ ਇੱਥੇ ਮਜੀਠਾ ਰੋੜ ਅੰਮ੍ਰitsar ਦੇ ਵਿੱਚ ਇਸ ਚੀਜ਼ ਦਾ ਸ਼ਿਕਾਰ ਹੋਇਆ ਇੱਥੇ ਇੱਕ ਰਾਣਾ-ਰਾਣਾ ਆਈਪੀਐਸ ਅਫਸਰ ਆਇਆ ਸੀ ਤੇ ਨਾਕਾ ਲੱਗਾ ਸੀ ਤੇ ਉਹਨਾਂ ਨੇ ਗਾਲ ਕੱਢੀ ਸੀ ਤੇ ਮੈਂ ਸ਼ਿਕਾਇਤ ਲੈ ਕੇ ਗਿਆ ਹਾਂ ਉਹਨਾਂ ਬੰਦਿਆਂ ਦੇ ਕੋਲ ਤੇ ਉਹ ਕਹਿੰਦੇ ਸੀ ਕਿ ਮਤਲਬ ਵੀ ਮੈਨੂੰ ਇੱਧਰ ਨੂੰ ਲੰਘ ਤੇ ਮੇਰਾ ਬਿਲਕੁਲ ਨਾਲ ਹੀ ਘਰ ਸੀ ਉੱਥੇ ਮਾ ਤਕਰਾਰ ਸੀ ਮੈਨੂੰ ਬੇਨਤੀ ਕਰਨ ਗਿਆ ਉਹਨਾਂ ਨੇ ਆਪਣੇ ਪੁਲਿਸ ਵਾਲੇ ਦੀ ਸੁਣੀ ਮੇਰੀ ਗੱਲ ਸੁਣੀ ਨਹੀਂ ਤੇ ਮੈਂ ਅਫਸਰ ਨੂੰ ਕਿਹਾ ਸੀ ਕਿ ਵਾਕਈ ਤੁਹਾਡੀਆਂ ਕਰਤੂਤਾਂ ਇਹ ਹੋਈਆਂ ਤੁਹਾਡੇ ਫਿਰ ਗੁੱਟ ਐਵੇਂ ਲਖਦੇ ਉਹਨਾਂ ਨੇ ਮੇਰੇ ਤੇ ਪਰਚਾ ਪਾਇਆ ਮੇਰੀ ਗੱਡੀ ਬੌਂਡ ਕੀਤੀ ਨੰਬਰ 2 ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਖੁੰਦਕ ਸੀ ਜੇ ਖੁੰਦਕ ਸੀ ਤੇ ਉੱਥੇ ਲੋਗੋ ਲੱਗੇ ਠੀਕ ਆ ਨਹੀਂ ਤੇ ਅੱਜ ਫਿਰ ਅੱਜ ਏਐਸਆਈ ਜਿਹੜਾ ਵਾ ਉਹ ਰੇਪ ਕਰਦਾ ਫੜੇਗਾ ਕੁੜੀ ਨਾਲ ਅੱਜ ਕਿਉਂ ਨਹੀਂ ਲੱਗੇ ਲੋਗੋ ਲਾਉਂਦੇ ਕਿ ਮੈਂ ਫਲਾਣਾ ਸਿੰਘ ਆ ਹੈਂ ਉਹ ਖੁੰਦਾ ਕਰਕੇ ਕਿਤੇ ਉਹ ਨਿਹੰਗ ਸਿੰਘ ਉਹਨਾਂ ਦੀ ਮੇਰੇ ਖਿਆਲ ਨਾਲ ਭੇਡ ਚੜੇ ਨੇ ਕਿਉਂਕਿ ਇਹਨਾਂ ਨੂੰ ਕਾਨੂੰਨ ਬੰਦਾ ਫੜਨ ਦੀ ਇਜਾਜ਼ਤ ਦਿੰਦਾ ਵਾ ਕਾਨੂੰਨ ਸ਼ਰੇਆਮ ਗੋਲੀਆਂ ਮਾਰਨ ਦੀ ਅਜ ਨਹੀਂ ਦਿੰਦਾ ਪਰ ਕਹਿੰਦੇ ਸੀ ਕਿ ਪਿੱਛੋਂ ਲੁੱਟਾਂ ਖੋਹਾਂ ਕਰਕੇ ਆਏ ਸੀ ਪੱਟੀ ਜਿਹੜੇ ਆ ਜੀ ਤੁਹਾਨੂੰ ਗੱਲ ਕਰ ਰਿਹਾ ਮੈਂ ਕਹਿੰਦਾ ਜੇ ਲੁੱਟ ਖੋਈ ਕੋਈ ਕਰਦਾ ਉਹਦੇ ਉੱਤੇ ਕਾਨੂੰਨ ਬੈਠਾ ਕਾਨੂੰਨ ਦਵੇ ਉਹਨਾਂ ਨੂੰ ਸਜ਼ਾ ਬੰਦਾ ਬੰਦੇ ਨੂੰ ਸਜ਼ਾ ਦੇ ਤੇ ਫਿਰ ਗੁੰਡਾਗਰਦੀ ਹੋ ਗਈ ਫਿਰ ਕਾਨੂੰਨਾਂ ਦੀ ਕੋਈ ਚੀਜ਼ ਰਹਿ ਹੀ ਨਹੀਂ ਗਈ ਠੀਕ ਹੈ ਨਾ ਜੀ ਵਾ ਵੀ ਪਲਟਵਾਰ ਕਰਦੇ ਪਏ ਸੀ ਨਿਹੰਗ ਤਾਂ ਗੋਲੀਆਂ ਚਲਾਉਣੀਆਂ ਜੀ ਜਦੋਂ ਝੂਠੇ ਮੁਕ ਉਹਦੇ ਵਿੱਚ ਇਦਾਂ ਕੀਤਾ ਉਹਨਾਂ ਦੇ ਮੋਢਿਆਂ ਤੇ ਜਿਹੜੇ ਲੱਗੇ ਸਟਾਰ ਹਨਾ ਕਈਆਂ ਲੋਕਾਂ ਦੇ ਉਹ ਸਾਨੂੰ ਤੁਹਾਨੂੰ ਪਤਾ ਹੀ ਹੈ 47 ਵੇਲੇ 84 ਵੇਲੇ ਕੀ ਹੋਇਆ ਸਾਰਾ ਕਾਂਡ ਬੜੇ ਉਹਨਾਂ ਨੇ ਝੂਠੇ ਮੁਕਾਬਲੇ ਕੀਤੇ ਆ ਬੜੇ ਸਾਡੇ ਭੈਣ ਭਰਾ ਉਹਨਾਂ ਇਲਾਕਿਆਂ ਦੇ ਵਿੱਚੋਂ ਮਾਰੇ ਨੇ ਤੇ ਜਿਹੜਾ ਤਸ਼ੱਦਦ ਹੋਈ ਉਹ ਅਖੀਰ ਉਹਨਾਂ ਨੇ ਫਿਰ ਜਿਹੜਾ ਵਾ ਉਹ ਦੂਜਾ ਰਸਤਾ ਅਪਣਾ ਲਿਆ ਜਿਹੜਾ ਫੁੱਲਣ ਦੇ ਵੀ ਨਿਪਲਾਇਆ ਸੀ ਸੋ ਕਿਤੇ ਨਾ ਕਿਤੇ ਹੁਣ ਜਿਹੜਾ ਵਾ ਨਾ ਫਿਰ ਪਿੱਛੇ ਜੇ ਸਾਰੀ ਗੱਲ ਮੈਂ ਤਾਂ ਲਿਆਉਣ ਲੱਗਾ ਵਾ ਮੁੜ ਕੇ ਪਿਛਲੇ ਦਿਨੀ ਸ਼ਿਵ ਸ਼ੈਣਾ ਵਾਲਿਆਂ ਨੇ ਇੱਕ ਬਿਆਨ ਕੱਢਿਆ ਸੀ ਕੀ ਇਹ ਸਿੱਖਾਂ ਦੀ ਜਿਹੜੀਆਂ ਵੱਡੀਆਂ ਕੁਰਬਾਨਾਂਆਂ ਵਾਂ ਨਿਹੰਗ ਸਿੰਘਾਂ ਦੇ ਕੁਰਬਾਨਾਂ ਉੱਪਰ ਬੈਨ ਲਾਇਆ ਜਾਵੇ। ਸਮਝਦੇ ਹੋ ਗੱਲ ਨੂੰ? ਬੜਾ ਵੱਡਾ ਵਿਵਾਦ ਪਖਿਆ। ਪ੍ਰਸ਼ਾਸਨ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਕਿਉਂਕਿ ਕਿਤੇ ਨਾ ਕਿਤੇ ਉਹ ਪੜਕਾਉ ਭਾਸ਼ਣ ਦੇ ਨਗਰੇ। ਮੈਨੂੰ ਲੱਗਦਾ 6 ਜੂਨ ਆ ਕੀ ਐ। 6 ਜੂਨ ਨੂੰ ਮੁੱਖ ਰੱਖਦਿਆਂ ਹੋਇਆਂ ਗੁਪਤ ਜਿਹੜੀਆਂ ਅੰਡਰਗਰਾਉਂਡ ਸਰਕਾਰੀ ਮਹਿਕਮੇ ਦੀਆਂ ਏਜੰਸੀਆਂ ਨਾ ਦੀਆਂ ਨਾ ਅਕਸ ਖਰਾਬ ਕਰਨਾ ਚਾਹੁੰਦੇ ਆ। ਮੁੱਦਾ ਤਲਵਾਰ ਲਟਕਾਰ ਗਏ ਨਿਹੰਗ ਸਿੰਘਾਂ ਦੇ ਬਾਣੇ ਦੇ ਉੱਪਰ। ਕਿਤੇ ਨਾ ਕਿਤੇ ਟਾਰਗੇਟ ਕਿਹੜਾ ਕਿਹਨੂੰ ਕੀਤਾ ਜਾ ਰਿਹਾ ਸਿੱਖੀ ਨੂੰ ਟਾਰ ਬਟਾਲੇ ਦੀ ਘਟਨਾ ਨਾਲੀਏ ਉਸ ਵੇਲੇ ਬਾਬਾ ਮੇਜਰ ਸਿੰਘ ਸੋਢੀ ਨੂੰ ਮੇਰੇ ਖਿਆਲ ਨਾਲ ਹੱਲ ਅਟੈਕ ਜਿਹੜਾ ਉਹਨਾਂ ਉੱਤੇ ਅਟੈਕ ਕੀਤਾ ਜਾ ਰਿਹਾ ਕਿਉਂ ਕਿ ਇਹ ਵੇਲੇ ਜਿੰਨੀਆਂ ਵੀ ਰੰਗਰੇਟਾ ਜੱਥੇ ਬੰਦੀਆਂ ਉਹਨਾਂ ਦੇ ਮੁਖੀ ਨੇ ਇਸ ਵੇਲੇ ਉਹਨਾਂ ਦੀ ਛਵੀ ਕਿਤੇ ਉਹਨਾਂ ਨੂੰ ਕਿਤੇ ਪਰਸਨਲੀ ਮਿਲ ਕੇ ਵੇਖਿਓ ਮੇਰੇ ਖਿਆਲ ਨਾਲ ਮੈਂ ਅਜ ਤੱਕ ਜਦੋਂ ਮੈਂ ਮਿਲਦਾ ਹਾਂ ਉਹਨਾਂ ਨੂੰ ਕਦੇ ਉਹਨਾਂ ਨੂੰ ਗੁੱਸੇ 'ਚ ਨਹੀਂ ਵੇਖਿਆ ਖਸਮੁਖ ਨੇ ਬਿਲਕੁਲ ਸੁਭਾਅ ਦਿਓ ਕਦੇ ਉਹਨਾਂ ਗੁੱਸੇ 'ਚ ਗੱਲ ਨਹੀਂ ਕਰਦੇ ਉਹਨਾਂ ਕੋਲ ਕੋਈ ਵੀ ਚੱਲ ਜੇ ਨਾ ਵੈਰੀ ਵੀ ਚੱਲ ਜੇ ਉਹਦਾ ਵਾਧਰਮਾਨ ਸਤਕਾਰ ਕਰਦੇ ਆ ਪਰ ਜਿਨ੍ਹਾਂ ਨੇ ਆਪਣੀ ਗ੍ਰਿਫਤਾਰ ਦਿੱਤੀ ਉਹ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਦੱਸੇ ਜਾ ਰਹੇ ਆ ਕਿ ਜਿਨ੍ਹਾਂ ਨੇ ਕਤਲ ਕੀਤਾ। ਕੱਲ ਇਦਾਂ ਕਿ ਜਦੋਂ ਕਿਸੇ ਦੇ ਪਰਿਵਾਰ ਨੂੰ ਟਾਰਗੇਟ ਕਰ ਹੀ ਲਿਆ ਤੇ ਫਿਰ ਨਾਂ ਵੀ ਜਿਹੜਾ ਪਰਿਵਾਰ ਪਰਿਵਾਰ ਦਾ ਹੀ ਲਿਖਾਇਆ ਜਾਂਦਾ। ਹੁਣ ਬਾਬਾ ਮੇਜਰ ਸਿੰਘ ਦਾ ਜਿਹੜਾ ਵਾ ਉਹ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹ ਬਾਰ-ਬਾਰ ਜਦੋਂ ਹੁਣ ਉਹਨਾਂ ਨੇ ਟਾਰਗੇਟ ਹੀ ਬਾਬਾ ਮੇਜਰ ਸਿੰਘ ਨੂੰ ਕੀਤਾ ਉਹਨਾਂ ਦੇ ਪਰਿਵਾਰ ਨੂੰ ਕੀਤਾ ਤੇ ਪਰਿਵਾਰ ਦਾ ਨਾਂ ਹੀ ਲਿਖਾਉਣਗੇ ਨਾ ਹੁਣ ਜੀ। ਸੋ ਉਹਨਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ। ਬਾਬਾ ਜੀ ਦੀ ਸਾਰੀ ਸੰਗਤ ਜਿਹੜੀ ਆ ਪਿੰਡ ਦੀ ਮ ਬਾਬਾ ਜੀ ਸਾਡੇ ਕੋਲ 90 ਵੇ ਤੋਂ ਲੈ ਕੇ 90 ਤੱਕ ਹੈਗੇ ਸੀ ਠੀਕ ਆ ਦੂਜੀ ਗੱਲ ਆਡੀਓ ਦੀ ਰਹੀ ਇਹ ਕਿਤੇ ਨਾ ਕਿਤੇ ਪਲੀ ਪਲੈਨਿੰਗ ਅੱਜ ਦੀ ਨਹੀਂ ਚੱਲਦੀ ਆ ਰਹੀ ਕੀ ਪਤਾ ਹੋ ਸਕਦਾ ਕਿਤੇ ਪਹਿਲਾਂ ਚੱਲਦੀ ਹੋਵੇ ਠੀਕ ਹੈ ਨਾ ਜਦੋਂ ਪਹੁੰਚੇ ਹੀ ਨਹੀਂ ਜਦੋਂ ਕੀਤੇ ਹੀ ਨਹੀਂ ਆਡੀਓ ਦਾ ਕੰਮ ਬਾਕੀ ਕਾਨੂੰਨ ਕਦ ਵਾਸਤੇ ਬੈਠਾ ਇਹਨੇ ਜਸਟੀਫਾਈਡ ਕਰਕੇ ਸਾਰੇ ਸਾਡੇ ਦੁਨੀਆ ਸਾਹਮਣੇ ਰੱਖ ਦੇਣਾ ਅਸੀਂ ਵੀ ਚਾਹੁੰਦੇ ਹਾਂ ਇਨਸਾਫ ਪਸੰਦ ਬੰਦੇ ਆ ਪਰ ਕਿਤੇ ਨਾ ਕਿਤੇ ਸਾਡਾ ਰੋਣਾ ਇਹ ਆ ਉਸ ਤੋਂ ਬਾਅਦ ਅਗਲੇ ਦਿਨ ਹੀ ਵੇਖੋ ਅੱਜ ਬਾਬਾ ਜੀ ਦੇ ਨਾਲ ਕਾਂਡ ਹੋਇਆ ਅਗਲੇ ਦਿਨ ਨਾਲ ਹੀ ਇੱਥੇ ਕਾਂਡ ਹੋ ਗਿਆ ਪਰ ਜਿਹੜੀ ਬਟਾਲੇ ਵਾਲੀ ਘ ਹੋਈ ਤਾਂ ਨੇ ਹੰਗਸਿੰਘਾਂ ਦੀ ਝੜਪ ਐ ਨਾ ਗੱਲ ਤੇ ਫਿਰ ਨੇ ਹੰਗਸਿੰਘਾਂ ਤੇ ਆ ਗਈ ਨਾ ਕਿ ਖੂਨੀ ਝੜਪ ਤੇ ਨੇ ਹੰਗਸਿੰਘਾਂ ਚ ਹੀ ਹੋਈ ਐ ਬਾਜੀ ਤੁਹਾਨੂੰ ਪਤਾ ਵਾ ਕਿ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਅ ਅੱਜ ਤੋਂ 3 ਸਾਲ ਪਹਿਲਾਂ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਨਿਹੰਗ ਸਿੰਘ ਫੜਿਆ ਗਿਆ ਸੀ ਜਦੋਂ ਉਹਨੂੰ ਨਿਹੰਗਾਂ ਸਿੰਘਾਂ ਨੇ ਪਛਾਣਿਆ ਕਿਉਂਕਿ ਇਹਨਾਂ ਦੀ ਆਪਣੀ ਬੋਲੀ ਆ ਆਪਣਾ ਲਹਿਜ਼ਾ ਇਹਨਾਂ ਨੂੰ ਸ਼ੱਕ ਪਿਆ ਇਹਨਾਂ ਨੂੰ ਜਦੋਂ ਸਾਰਿਆਂ ਨੂੰ ਤੇ ਉਹਨਾਂ ਨੇ ਪੇਖਿਆ ਤੇ ਉਹ ਬੰਦਾ ਮੂਨਾ ਸੀ ਜੀ ਆਰ ਜੇ ਨਿਹੰਗ ਸਿੰਘ ਮੂਨੇ ਬਣਾ ਕੇ ਕੀਤੇ ਜਾ ਸਕਦੇ ਆ ਤੇ ਕੀ ਗੱਲ ਸਾਡੇ ਵੀ 2-4 ਖਰੀਦੇ ਜਾ ਸਕਦੇ ਆ ਕੀ ਪਤਾ ਹੋ ਸਕਦਾ ਕਿਸੇ ਨੇ ਉਂਗਲ ਦਿੱਤੀ ਹੋਵੇ ਤੇ ਉਹ ਬੰਦਾ ਤਾਂ ਬੋਲਣ ਰਿਹਾ ਉਹ ਸ਼ਾਇਦ ਵਿੱਚ ਬੋਲਣ ਰਿਹਾ ਕਿ ਕਿਤੇ ਨਾ ਕਿਤੇ ਖਰਾਬ ਕਰਨਾ ਇਹ ਹਕੀਕਤ ਗੱਲ ਆ ਸਾਡੇ ਬੜੇ ਵਿਕਾਊ ਮਾਲ ਬੈਠਾ ਸਾਡਾ ਵੀ ਅੰਮ੍ਰਿਤਸਰ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਜੀ ਉਸ ਤੋਂ ਅਗਰ ਇਹਦਾ ਨੈਕਸਟ ਟਾਈਮ ਹੀ ਇਹ ਘਟਨਾ ਆ ਰਹੀ ਹੈ ਕਿਤੇ ਨਾ ਕਿਤੇ ਮੁਕਤੀ ਦੀ ਗੱਲ ਇਹ ਆ ਭਾਜੀ 6 ਜੂਨ ਆ ਰਿਹਾ ਤੇ 6 ਜੂਨ ਨੂੰ ਮੁਕਤ ਐਰ ਕੀ ਕਿਸੇ ਵੀ ਹੋਰ ਪਾਰਟੀ ਵੱਲੋਂ ਬਿਆਨਬਾਜ਼ੀ ਨਹੀਂ ਕੀਤੀ ਗਈ ਦੂਸ਼ਣਬਾਜ਼ੀ ਨਹੀਂ ਕੀਤੀ ਗਈ ਇਸ ਵਾਰੀ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਨਵੀਂ ਵਿਵਸਥਾ ਬੰਦੀ ਨਾਲ ਆਪਣਿਆਂ ਦੇ ਥਰੂ ਆਪਣਾ ਕੰਮ ਕਰਵਾ ਰਹੇ ਨੇ ਤੇ ਟਾਰਗੇਟ ਕਿਨੂੰ ਕੀਤਾ ਜਾ ਰਿਹਾ ਸਿੱਖੀ ਨੂੰ ਨਿਆਂਗ ਸਿੰਘ ਬਾਣਿਆਂ ਨੂੰ ਕਿਉਂ ਕਿ ਕਿਤੇ ਨਾ ਕਿਤੇ ਹਥਿਆਰਾਂ ਦੀ ਨੋਕ ਦੇ ਉੱਤੇ ਇਹ ਕਾਰਵਾਈਆਂ ਹੋਣ ਡੀਆਂ ਨੇ ਠੀਕ ਆ ਹਥਿਆਰਾਂ ਨਾਲ ਹੀ ਕੰਮ ਕਰੋ ਤੇ ਕਿਤੇ ਨਾ ਕਿਤੇ ਇਹ ਸ਼ਸਤਰ ਤੇ ਇਹ ਬਾਣਾ ਇਹਨਾਂ ਲੋਕਾਂ ਨੇ ਵੀਡੀਓ ਵੇਖੀ ਸੀ ਸੀਸੀਟੀਵੀ ਵੀਡੀਓ ਵੇਖੀ ਅੰਮ੍ਰਿਤਸਰ ਦੀ ਘਟਨਾ ਦੀ ਬਾਜੀ ਬਿਲਕੁਲ ਵੇਖੀ ਆ ਮੈਂ ਉੱਥੇ ਦੇਖਿਆ ਸਾਫ਼ ਤੌਰ ਤੇ ਕਿ ਇਹਨੇ ਹੰਗ ਸਿੰਘ ਜਿਹੜਾ ਵਿਅਕਤੀ ਮਗਰ ਬੈਠਾ ਨਿਆਂਗ ਸਿੰਘ ਦੇ ਬਾਣੇ 'ਚ ਲੱਗ ਰਿਹਾ ਗੋਲ ਦਮਾਲਾ ਉਹਨੇ ਸਜਾਇਆ ਹੋਇਆ ਹੈ ਮੋਟਰਸਾਈਕਲ ਤੇ ਆਂਦਾ ਹੈ ਉਸ ਦਾ ਜਿੱਥੇ ਘਟਨਾ ਹੋਈ ਆ ਉਦੀ ਕਿਰਪਾਨ ਦਾ ਜਿਹੜਾ ਕਵਰ ਹੁੰਦਾ ਹੈ ਜਿਹਨੂੰ ਅਸੀਂ ਕਵਰ ਕਹਿੰਦੇ ਆ ਉਹ ਵੀ ਉੱਥੋਂ ਮੌਜੂਦ ਮਿਲਿਆ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਉਹਨੇ ਹੰਗ ਸਿੰਘ ਵੱਲੋਂ ਹੀ ਕਤਲ ਕੀਤਾ ਗਿਆ ਹੈ ਉਹ ਕਤਲ ਕਹਿ ਰਿਹਾ ਸੌਰੀ ਗੁੱਟ ਵੱਡਿਆ ਗਿਆ ਇਹ ਇਹ ਚੀਜ਼ ਨੂੰ ਵੀ ਨਾ ਜਿੱਗ ਬੀਰਤਾ ਨਾ ਸੋਚਿਆ ਜਾਵੇ ਤੇ ਬੜੇ ਸਵਾਲ ਪੈਦਾ ਹੁੰਦੇ ਆ ਜਿਵੇਂ ਤੁਸੀਂ ਕਿਹਾ ਕਿ ਨਿਹੰਗ ਸਿੰਘ ਬਾਣੇ ਵਰਗਾ ਲੱਗ ਰਿਹਾ ਨਿਹੰਗ ਸਿੰਘ ਤੇ ਨਹੀਂ ਨਾ ਲੱਗ ਰਿਹਾ ਨਾ ਠੀਕ ਹੈ ਅਸੀਂ ਤੇ ਕਹਿੰਨੇ ਆ ਵੀ ਜਸਟੀਫਾਈਡ ਕਰਨ ਤਾਂ ਅਸੀਂ ਸੰਗੋ ਜਨਤਾ ਸਾਹਮਣੇ ਰੱਖੀਏ ਫਿਰ ਨੰਬਰ 2 ਇੱਕ ਚੀਜ਼ ਇਹ ਵੀ ਸੋਚਣਾ ਵੀ ਜਿਹੜਾ ਗੁੱਟ ਵੱਡ ਕੇ ਕਿਰਪਾਨ ਲੈ ਕੇ ਜਾ ਸਕਦਾ ਉਹ ਕਵਰ ਨੂੰ ਸੁੱਟਣ ਦੀ ਉਹਨੂੰ ਕੀ ਲੋੜ ਪੈ ਗਈ ਭਾਈ ਉਹ ਕਿਤਨਾ ਕਿਤੇ ਇਹ ਜਰੂਰ ਇਹ ਤਾਂ ਨਹੀਂ ਹੋ ਸਕਦਾ ਵਾ ਕਿ ਬੰਦਾ ਉੱਥੋਂ ਭੱਜਿਆ ਵਾ ਹੋਰ ਕੁਝ ਵੀ ਸਮਾਨ ਨਾ ਰਹਿ ਸਕਦਾ ਸੀ ਭਾਈ ਬਾਕੀ ਸਾਰਾ ਕੁਝ ਲੁੱਟ ਕੇ ਲੈ ਗਿਆ ਆ ਭੱਜ ਗਿਆ ਸ਼ਸਤਰ ਲੈ ਕੇ ਸ਼ਸਤਰ ਹੀ ਛੱਡ ਸਕਦੀ ਹੁੰਦੇ ਤੇ ਸਾਰਾ ਕੁਝ ਕਰ ਸਕਦੇ ਕਿਤੇ ਨਾ ਕਿਤੇ ਨਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਬਾਣੇ ਨੂੰ ਮੁਕਤੀ ਦੀ ਗੱਲ ਆ ਵਾ ਨਹੀਂ ਜੇ ਤੇ ਸੀਸੀਟੀਵੀ ਸਾਹਮਣੇ ਨਾ ਆਂਦੀ ਫਿਰ ਤੇ ਅਸੀਂ ਕਲੀਅਰ ਕਹਿ ਦਿੰਨਾ ਕਿ ਹੋ ਸਕਦਾ ਬਦਨਾਮ ਕਰਨ ਦੀ ਕੋਸ਼ਿਸ਼ ਸੀਸੀਟੀਵੀ ਦੇ ਵਿੱਚ ਨਿਹੰਗ ਸਿੰਘ ਬਾਣੇ 'ਚ ਖੁਦ ਇੱਕ ਵਿਅਕਤੀ ਵਿਖਰਿਆ ਹੈ ਇਸ ਤੋਂ ਇਸ ਤੋਂ ਲੱਗਦਾ ਜਾਂ ਇਹ ਤੁਸੀਂ ਇਹ ਵੀ ਇਲਜ਼ਾਮ ਤਨੀ ਲਾ ਰਹੇ ਕਿ ਸੀਸੀਟੀਵੀ ਵੀ ਪਤਾ ਨਹੀਂ ਕਿੱਥੋਂ ਆ ਗਈ ਸੀਸੀਟੀਵੀ ਤਾਂ ਉੱਥੋਂ ਦੀ ਹੈ ਨਾ ਮੈਂ ਕਹਿੰਦਾ ਸਾਡੇ ਵਾਸਤੇ ਇੱਕ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਚੀਜ਼ ਸਾਹਮਣੇ ਆ ਗਈ ਚੰਗੀ ਲੱਗੀ ਆ ਵਧੀਆ ਗੱਲ ਆ ਇਹ ਦੁਨੀਆ ਸਾਹਮਣੇ ਲੈ ਕੇ ਆਓ ਅਸੀਂ ਤੇ ਕਹਿਣ ਦੇ ਤੁਹਾਨੂੰ ਅਸੀਂ ਨਹੀਂ ਤੇ ਫਿਰ ਮੈਂ ਲਾੜ ਜੇ ਹੁਣ ਇਹ ਬਿਆਨ ਦਿੰਨੇ ਆ ਨਾ ਕਿਉਂਕਿ ਸਾਡੇ ਬਾਣੀ ਨੂੰ ਸਾਡੇ ਸਿੱਖੀ ਕੌਮ ਨੂੰ ਜਾਂ ਨੰਗ ਸਿੰਘ ਬਾਣੀ ਨੂੰ ਇਹ ਇੱਕ ਇਸ ਵੇਲੇ ਮੱਥੇ ਤੇ ਦਾਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਣਿਆਂ ਨਾ ਜਾਣੇ ਇਹ ਲੋਕ ਕਿਉਂਕਿ ਇਹ ਬਾਣੇ ਦੇ ਸਿਰ ਦੇ ਉੱਤੇ ਹੀ ਦਿੱਲੀ ਜਿੱਤੀ ਆ ਇਹ ਬਾਣੇ ਦੇ ਸਿਰ ਦੇ ਉੱਪਰ ਹੀ ਅਸੀਂ ਕੁਰਬਾਨੀਆਂ ਦਿੱਤੀਆਂ ਵਾ ਇਹ ਬਾਣੇ ਦੇ ਸਿਰ ਤੇ ਹੀ ਪੰਜਾਬ ਨੂੰ ਆਬਾਦ ਰੱਖਿਆ ਹੈ ਇਹ ਬਾਣੇ ਦੇ ਸਿਰ ਤੇ ਹੀ ਮੁਗਲ ਪਜਾਏ ਨੇ ਠੀਕ ਹੈ ਨਾ ਕਿ ਇਹ ਬਾਣੇ ਦੇ ਸਿਰ ਤੇ ਹੀ ਜਿਹੜਾ ਵਾ ਉਹ ਹਿੰਦੂ ਧਰਮ ਦੀ ਰੱਖਿਆ ਇਸ ਇਸ ਗੁਰੂ ਦੇ ਸਿੰਘਾਂ ਨੇ ਕੀਤੀ ਹੈ ਇਹਨਾਂ ਦਾ ਦੇਨ ਆਪਾਂ ਦੇ ਨਹੀਂ ਸਕਦੇ ਪਰ ਜਿਹੜਾ ਅਕਸ ਖਰਾਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆ ਵੇਖੋ ਹੱਥ ਜੋੜ ਕੇ ਤੁਹਾਡੇ ਸਾਹਮਣੇ ਕਿ ਤੁਸੀਂ ਆ ਦੋ ਅਜਗਰਾਂ ਦੇ ਵਿੱਚ ਦੋ ਪੁਲਿਸ ਵਾਲਿਆਂ ਦਾ ਕਤਲ ਕਰ ਦਿੱਤਾ ਗਿਆ ਦੋਵਾਂ ਦਿਨਾਂ ਦੇ ਵਿੱਚ ਇਹਨਾਂ ਨੇ ਵੀਰੇ ਬੰਦੇ ਫੜ ਲੇ ਠੀਕ ਆ ਪੁਲਿਸ ਵਾਲੇ ਤੇ ਜਦੋਂ ਵੀ ਕਿਤੇ ਘਟਨਾ ਹੁੰਦੀ ਆ ਦੋਹਾਂ ਦਿਨਾਂ ਚ ਬੰਦੇ ਫੜ ਲੈਂਦੇ ਨੇ ਇਹ ਪ੍ਰਸ਼ਾਸਨ ਵਾਲੇ ਠੀਕ ਆ ਤੇ ਇਸੇ ਤਰ੍ਹਾਂ ਜੇ ਕਮ ਸੇ ਕਮ ਆਹ ਘਟਨਾ ਹੁੰਦੀ ਆ ਤੇ ਭਾਜੀ ਆਹ ਸੀਸੀਟੀਵੀ ਵੀ ਸਾਹਮਣੇ ਆ ਗਿਆ ਵਾ ਮੋਟਰਸਾਈਕਲ ਜਿਹੜਾ ਉਹ ਲੈ ਕੇ ਗਿਆ ਵਾ ਉਹ ਵੀ ਸਾਹਮਣੇ ਆ ਗਿਆ ਕਿਤੇ ਨਾ ਕਿਤੇ ਤੁਸੀਂ ਇਹ ਢਿੱਲ ਕਿਉਂ ਵਰਤ ਰਹੇ ਹੋ ਇਹ ਦੁਨੀਆ ਦੇ ਸਾਹਮਣੇ ਲੈ ਕੇ ਆਓ ਪ੍ਰਸ਼ਾਸਨ ਦਾ ਫਰਜ਼ ਬਣਦਾ ਵਾ ਵੀ ਜਿਹੜਾ ਦੁੱਧ ਦਾ ਦੁੱਧ ਆ ਪਾਣੀ ਦਾ ਪਾਣੀ ਕਰੋ ਨਹੀਂ ਤੇ ਜਿਹੜੀ ਇਹ ਸਾਡੀ ਕੌਮ ਦੇ ਉੱਪਰ ਜਾਂ ਨੰਘ ਸਿੰਘਾਂ ਦੇ ਉੱਪਰ ਇਹ ਜਿਹੜਾ ਦੂਸ਼ਣਬਾਜ਼ੀ ਲੱਗ ਰਹੀ ਆ ਮੈਂ ਬੇਨਤੀ ਕਰਦਾ ਨੰਘ ਸਿੰਘਾਂ ਨੂੰ ਕਿ ਆਪੋ ਆਪਣੇ ਇਲਾਕੇ ਦੇ ਵਿੱਚੋਂ ਆਪੜ ਆਪ ਨੂੰ ਜਥੇ ਦੇ ਬੰਦੇ ਵੱਲੋਂ ਇਸ ਜਿਹੜੇ ਮੁੱਦੇ ਦੇ ਉੱਪਰ ਨਾ ਕਦਰੜੀ ਕਾਰਵਾਈ ਕਰੋ ਪ੍ਰਸ਼ਾਸਨ ਤੱਕ ਦਬਾਅ ਬਣਾਓ ਪ੍ਰਸ਼ਾਸਨ ਤੱਕ ਪਹੁੰਚੋ ਕਿ ਭਾਈ ਸਾਨੂੰ ਜਲਦੀ ਜਸਟੀਫਾਈ ਕਰਕੇ ਦਿਓ ਜੇ ਤੇ ਇਹ ਬੰਦੇ ਤੁਹਾਨੂੰ ਲੱਭਦੇ ਆ ਕਿਸੇ ਤਰੀਕੇ ਨਾਲ ਤੇ ਜਨਤਾ ਦੇ ਸਾਹਮਣੇ ਖੜਾ ਕਰਕੇ ਮੈਂ ਕਹਿੰਦਾ ਇਹਨਾਂ ਦਾ ਜੋ ਹੱਲ ਕਰਨਾ ਤੁਸੀਂ ਕਰੋ ਨਹੀਂ ਤੇ ਫਿਰ ਸੰਗਤ ਨੇ ਜੋ ਹੱਲ ਕਰਨਾ ਤੇ ਕਰਾਂ ਕਰੂਗਾ ਅਸੀਂ ਬਾਣੇ ਤੇ ਦਾਗ ਨਹੀਂ ਲੱਗਣ ਦੇਣਾ ਮੇਰੇ ਭਰਾਸੀ ਬਿਲਕੁਲ ਜਿਹੜਾ ਬਾਣੇ ਤੇ ਉਹ ਦਾਗ ਨਹੀਂ ਲੱਗਣ ਦਿੱਤਾ ਜਾਏਗਾ ਤਾਂ ਬਾਣੇ 'ਚ ਨਿਹੰਗ ਸਿੰਘ ਵੀ ਸਾਡੇ ਨਾਲ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਜੀ ਵ ਨੇ ਕੀ ਕਹਿਣਾ ਚਾਹੋਗੇ ਜੋ ਵਾਰਦਾਤਾਂ ਹੋਈਆਂ ਬਹੁਤ ਸ਼ਰਮਸਾਰ ਕਰਨ ਵਾਲੀਆਂ ਵਾਰਦਾਤਾਂ ਨੇ ਹੰਗਸਿੰਘਾਂ ਦਾ ਜਦੋਂ ਇਹੋ ਜਿਹੀਆਂ ਵਾਰਦਾਤਾਂ ਸੁਣਦੇ ਆ ਤੇ ਸ਼ਰਮ ਨਾਲ ਜਿਹੜਾ ਸਿਰ ਝੁੱਕ ਜਾਂਦਾ ਅਸੀਂ ਬਟਾਲੇ ਵਾਲੀ ਵਾਰਦਾਤ ਦੀ ਗੱਲ ਕਰ ਲਈਏ ਜਾਂ ਇੱਥੋਂ ਵਾਲੀ ਅੰਮ੍ਰਿਤਸਰ ਵਾਲੀ ਵਾਰਦਾਤ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦੇਖਦੇ ਦੋਵੇਂ ਵਾਰਦਾਤਾਂ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਰਜ਼ੀ ਕਰਦਾ ਜਿਹੜਾ ਇਹ ਸਾਰਾ ਕਠਿਨਾ ਕਰਮ ਹੈ ਨਾ ਜੀ ਚਾਹੋ ਬਟਾਲੇ ਵਾਲਾ ਵਾ ਚਾਹੋ ਇੱਥੋਂ ਆਪਾਂ ਨੰਗਲੀ ਵਾਲਾ ਨਸ਼ਰੇ ਵਾਲਾ ਜਿਹੜਾ ਕਹਿ ਲਿਏ ਚਾਹੇ ਤੁਹਾਂ ਨਾਦਪੁਰ ਸਾਹਿਬ ਅੱਜ ਤੋਂ 5-7 ਸਾਲ 5 ਕਿ ਸਾਲ ਪਹਿਲਾਂ ਵੇਖਿਆ ਸੀ ਉਹਦੇ ਮਗਰ ਸੰਤ ਮਗਰ ਭੱਜ ਕੇ ਤੇ ਉਸ ਬੰਦੇ ਨੂੰ ਨੰਗਾ ਕੀਤਾ ਉਹਦੇ ਸਿਰ ਤੇ ਧਮਾਲਾ ਸੱਜਿਆ ਹੈ ਲੇਕਿਨ ਸਿਰੋਂ ਮੋਨਾ ਹੈ ਮੈਂ ਸਮਝਦਾ ਵੀ ਜਿਸ ਤਰ੍ਹਾਂ ਹੁਣ ਬਾਬਾ ਮੇਜਰ ਸਿੰਘ ਜੀ ਨੂੰ ਇਸ ਸਾਰੇ ਘਟਰਾਂ ਕਰਮ ਚ ਬਟਾਲੇ ਵਾਲੀ ਚ ਟਾਰਗੇਟ ਕੀਤਾ ਜਾ ਰਿਹਾ ਬਾਬਾ ਜੀ ਤੂੰ ਉੱਥੇ ਹੈਗੇ ਹੀ ਨਹੀਂ ਜੀ ਬਾਬਾ ਜੀ ਮੈਤੇ ਹੈਗੇ ਉੱਥੇ ਨਿਸ਼ਾਨ ਸਾਹਿਬ ਚੜਨਾ ਸੀ ਉੱਥੇ ਸੇਵਾ ਕਰਨ ਵੀ ਡਿਆ ਹੈ ਕਰੋਣ ਵੀ ਡਿਆ ਹੈ ਅਖੰਡ ਪੁਰ ਸਾਹਿਬ ਉੱਥੇ ਰਮਤਾ ਸੀ ਉੱਥੇ ਬਾਬਾ ਜੀ ਹਾਜ਼ਰੀ ਭਰਦੇ ਸੀ ਮੈਂ ਸਮਝਦਾ ਵੀ ਇਹ ਜਿਹੜਾ ਅਬਸਰ ਇਹ ਜਿਹੜਾ ਨਹਗਾ ਸਿੰਘਾ ਦੇ ਵਿੱਚ ਪਵਾੜਾ ਜਾਂ ਇਹ ਦਰਾੜ ਪੈਦਾ ਕਰੇ ਨਾ ਇਹ ਕੋਈ ਸਿਆਸੀ ਬੰਦੇ ਇਹਨਾਂ ਦੇ ਮਗਰ ਹੈ ਜੀ ਸੋ ਸਾਨੂੰ ਵੀ ਇਹ ਚੀਜ਼ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਜਿਹੜਾ ਕੋਈ ਕਿਹੇ ਰਕਨ ਦੀ ਗੱਲ ਕਰਦਾ ਸਾਨੂੰ ਪਹਿਲਾਸ ਤੇ ਜਸਟੀਫਾਈ ਕਰਨਾ ਚਾਹੀਦਾ ਉਸ ਤੋਂ ਬਾਅਦ ਗਾਂ ਅਗਲੇ ਪਾਸੇ ਚੱਲਣਾ ਚਾਹੀਦਾ ਦੂਜੀ ਗੱਲ ਇਹ ਜਿਹੜਾ ਸਾਰਾ ਘਟਾਕਰਮ ਹੋ ਸਕਦਾ ਆਪਾਂ ਇਹ ਤੋਂ ਨੇ ਮੁਰਕਰ ਨਹੀਂ ਉਹਦੇ ਕੇ ਬਾਬਾ ਜੀ ਦੀ ਆਡੀਓ ਵੀ ਚੱਲਣ ਰਹੀ ਆ ਪਰ ਹੋ ਸਕਦਾ ਉਸ ਉਸ ਸਮੇਂ ਦੀ ਗੱਲ ਦੇ ਨਾਲ ਬਾਬਾ ਜੀ ਨੇ ਸੱਚੇ ਵਚਨ ਕਹੇ ਪਰ ਹੋ ਸਕਦਾ ਉਸ ਗੱਲ ਦੇ ਉੱਤੋਂ ਕੋ ਤੀਜਾ ਬੰਦਾ ਨਹੀਂ ਇਹ ਗੱਲ ਦੇ ਮਗਰ ਵਿੱਚੋਂ ਕਿ ਫਾਇਦਾ ਠੋਣ ਲਿਆ ਆਪ ਆਪ ਬਵੇਂ ਆ ਵੀ ਕਈਰ ਨਿਸ਼ਾਨਾ ਤੁਸੀਂ ਹੁੰਦੇ ਜੇ ਤੇ ਬੰਦੇ ਤੀਜੇ ਨੂੰ ਆਲੇ-ਦਾਲ ਟਾਰਗੇਟ ਬਣਾ ਲੈਂਦੇ ਤੀਜਾ ਬੰਦਾ ਬਣਾਉਂਦਾ ਸੇ ਸਾਰੀਆਂ ਗੱਲਾਂ ਜਿਹੜੀਆਂ ਆ ਨਿਹੰਗ ਸਿੰਘ ਦਾ ਕਿ ਗੋਟਲਾ ਲਿਆ ਵੇਖੋ ਜੀ ਨਿਆਂਕ ਜੋਂ ਕੋ ਤੁਸੀਂ ਸ਼ਸਤਰਾਂ ਵੇਖੋ ਜਿਹੜੇ ਅਸਲੀ ਗੁਰੂ ਦੇ ਸਿੰਘ ਆ ਜਿਨ੍ਹਾਂ ਕੋ ਗੁਰੂ ਦੀ ਬੜੀ ਕਿਰਪਾ ਉਹ ਸ਼ਸਤਰਾਂ ਸਮੇਤ ਤਿਆਰ ਪੁਰ ਤਿਆਰ ਹਰ ਵੇਲੇ ਹਾਜ਼ਰ ਹੁੰਦੇ ਆ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਇਹ ਨਿਹੰਗਾਂ ਸਿੰਘਾਂ ਦੇ ਅਕਸ ਨੂੰ ਖਰਾਬ ਕਰਨਦੇ ਆ ਤੇ ਸਾਡੀ ਪ੍ਰਸ਼ਾਸਨ ਗਾੜੀ ਹੱਥ ਜੋੜ ਕੇ ਇਹੋ ਬੇਨਤੀ ਆ ਇਹਨਾਂ ਦੇ ਕਾਬੂ ਪਾਓ ਜਿਹੜੇ ਸਾਡੇ ਅਕਸ ਨੂੰ ਖਰਾਬ ਕਰਨਦੇ ਆ ਨਹੀਂ ਤੇ ਫਿਰ ਤੁਸੀਂ ਸਾਡੇ ਜਿਹੜੇ ਮੁਖੀ ਆ ਉਹਨਾਂ ਦੀਆਂ ਡਿਊਟੀਆਂ ਲਾਓ ਇਹ ਬੰਦੇ ਵੇਖੋ ਨਿਕਲਦੇ ਇੱਕ ਤਰ੍ਹਾਂ ਜੀ ਜੀ ਹਾਂਜੀ ਸਾਡੇ ਹੀ ਭੈਣ ਭਰਾਵਾ ਗਾੜੀ ਜਿੰਨਾ ਦੇ ਕੋਈ ਗੁੱਟ ਲਾਉਣ ਦੇ ਆ ਫਿਰ ਅਗਰ ਗੁੱਟ ਲਾਣ ਵਾਲਾ ਵਿਅਕਤੀ ਨੌਜਵਾਨ ਨੇਹੰਗ ਸਿੰਘ ਹੀ ਪਾਇਆ ਜਾਂਦਾ ਤਾਂ ਫਿਰ ਨੇਹੰਗ ਸਿੰਘ ਜਥੇਬੰਦੀਆਂ ਵੱਲੋਂ ਕੀ ਕਾਰਵਾਈ ਕੀਤੀ ਜਾ ਸਕਦੀ ਬਾਬਾ ਜੀ ਅਹੀਂ ਉਹ ਤਾਂ ਪੂਰਾ ਜਸਟੀਫਾਈ ਕਰਕੇ ਪੂਰਾ ਪਤਾ ਲੈ ਕੇ ਲੱਭ ਕੇ ਬੰਦੇ ਨੂੰ ਫਿਰ ਇਸ ਤਰ੍ਹਾਂ ਥੁੜੀ ਆ ਵੀ ਸਾਡੇ ਐਕਸ਼ਨ ਨੂੰ ਖਰਾਬ ਕਰਨ ਤੇ ਕੰਮ ਕਰਨ ਕੋਈ ਇੱਕ ਉਹ ਗਰੀਬ ਵਿਚਾਰਾ ਆਪਣੀ ਮਿਹਨਤ ਕਰਨ ਰਿਆ ਹਾਂਜੀ ਤੇ ਉਹਦਾ ਫੜ ਕੇ ਗੁੱਟਲਾ ਲਾਇਆ ਜਾਵੇ ਉਹ ਵੀ ਮਾਤਰਾ 1500 ਵਿੱਚ ਇਹ ਇਹ ਵੀ ਕੋਈ ਗੱਲ ਥੋੜੀ ਆ ਇਹ ਮੈਂ ਨਹੀਂ ਸਮਝਦਾ ਵੀ ਇਹ ਇਹ ਪਿਓਰ ਗੁਰੂ ਵਾਲੇ ਦੀ ਗੱਲ ਹੋਵੇ ਗੁਰੂ ਵਾਲਾ ਤਾਂ ਹਰ ਵੇਲੇ ਆਪਣੀ ਜਾਨ ਲੈ ਕੇ ਹਾਜ਼ਰ ਆ ਹਰ ਭੈਣ ਭਰਾ ਵਾਸਤੇ ਆਪਣੀ ਤੋਂ ਨਹੀਂ ਰੱਖਿਆ ਕਰਨੀ ਕਰਨੀਆਂ ਕਿਉਂਕਿ ਗੁਰੂ ਸਾਹਿਬ ਨੇ ਸਸਤਰ ਪਹਿਨਾਇਆ ਇਸੇ ਕਰਕੇ ਆ ਦਿੱਤਾ ਵੀ ਆਪਣੀ ਰੱਖਿਆ ਕਰੋ ਨਾਲ ਦੂਜੇ ਦੀ ਵੀ ਕਰੋ ਹਾਂਜੀ ਤੇ ਜੇ ਅਸੀਂ ਦੂਜੇ ਦੀ ਰੱਖਿਆ ਕਰਨ ਦੇ ਬਜਾਏ ਅਸੀਂ ਉਹ ਵਿਚਾਰਾ ਇੱਕ ਮਿਹਨਤ ਕਰਨ ਰਿਆ ਤੇ ਉਹਦੇ ਮਗਰ ਅਸੀਂ ਚੋਕੇ ਦੇ ਸਸਤਰ ਲੈ ਕੇ ਤੁਰੀਏ ਇਹ ਬਿਲਕੁਲ ਨਿਹੰਗ ਸਿੰਘ ਦਾ ਕੰਮ ਨਹੀਂ ਜੇ ਇਹ ਕੰਮ ਆ ਬਹਿਰੂਪੀਏ ਦਾ ਨਾਂਗਸ਼ੇ ਕਦੀ ਇਹੋ ਜਿਹਾ ਕੰਮ ਨਹੀਂ ਕਰਦਾ ਅਸੀਂ ਤੇ ਉੱਥੇ ਬੇਕੋ ਪਹਿਲੀ ਗੱਲ ਤੇ ਸਤਿਗੁਰੂ ਕਿਸੇ ਨਾ ਨਾ ਕਰੇ ਨਹੀਂ ਤੇ ਇੱਕ ਰੇਡੂ ਮਾਮਲਾ ਹੋਵੇ ਕਿਤੇ ਜਾਵੇ ਕਿਤੋਂ ਸਾਨੂੰ ਮੈਸੇਜ ਆਵੇ ਇਹ ਸਰਪੰਚ ਸਾਹਿਬ ਵਨਚੜੀ ਤੋਂ ਆਏ ਹਾਂ ਜੀ ਅਸੀਂ ਸਾਰੇ ਕਾਰਿਆਂ ਨਾਲ ਡਿਸਕਸ ਕਰਕੇ ਵੀ ਫਲਾਣੇ ਦੀ ਬੇਟੀ ਦੀ ਗੱਲ ਚੱਲਣ ਦੀ ਹੈ ਯਾਰ ਉਹ ਖਰਾਬ ਕਰ ਰਹੇ ਆ ਤੇ ਆਪਾਂ ਬਹਿ ਕੇ ਦੁਮਾ ਘੋੜਾ ਨੂੰ ਸਮਝਾਈਏ ਉਹਨਾਂ ਨੂੰ ਸਮਝਾਈਏ ਉਹਨਾਂ ਸਹੀਏ ਤਾਂ ਕਿ ਇਹਨਾਂ ਦਾ ਘਰ ਦਾ ਜਿਹੜਾ ਦਰਾੜ ਪੈ ਡਾ ਉਹਨਾਂ ਨੂੰ ਇਕੱਠੇ ਲੈ ਆਈਏ ਆਪਣੇ ਘਰ ਨੂੰ ਗ੍ਰਸਤੀ ਨੂੰ ਚਲਾਉਣ ਉਹ ਨਿਆਗ ਸਿੰਘ ਦੀ ਕਦੀ ਇਹੋ ਜਿਹੀ ਸੋਚ ਨਹੀਂ ਹੋ ਸਕਦੀ ਕਿ ਅਸੀਂ ਆ ਕੰਮ ਜਿਹੜਾ ਵਾ ਵੀ ਨਿਆਂਗੇ ਸਿੰਘ ਕਰਦੇ ਕਦੀ ਜਿਹੜਾ ਰਿਜਨਲ ਜਿਹੜਾ ਗੁਰੂ ਦਾ ਔਰ ਤੁਸੀਂ ਪਛਾਣ ਰੱਖੋ ਇਹ ਵੀ ਤੁਹਾਨੂੰ ਮੈਂ ਦੱਸਦਾ ਜਿੰਨੇ ਨਿਆਂਗੇ ਸਿੰਘ ਦੀ ਪਛਾਣ ਪੂਰਾ ਧਮਾਲਾ ਤਿਆਰਪਰ ਤਿਆਰ ਹੋ ਜਿਹੜਾ ਡੁਪਲੀਕੇਟ ਹੋਊਗਾ ਉਹਦਾ ਦੂ ਦਾ ਧਮਾਲਾ ਨਾ ਦੀ ਪਛਾਣ ਚ ਨਹੀਂ ਆਊਗਾ ਉਹਦਾ ਬਿਲਕੁਲ ਛੋਟਾ ਧਮਾਲਾ ਹੋਗਾ ਹੋਰ ਤਰਾ ਹੋਗਾ ਕੁਰਤਾ ਪਜਾਮਾ ਪਾਇਆ ਹੋਗਾ ਕਿਨੇ ਕਿਸ ਤਰ੍ਹਾਂ ਪਾਇਆ ਹੋਗਾ ਉਹ ਸਭ ਚੋਰ ਤੇ ਲਟੇਰੀ ਹੁੰਦੇ ਆ ਜੀ ਜੀ ਹਾਂਜੀ ਉਹ ਸਿਰਫ ਸਾਨੂੰ ਬਦਨਾਮ ਕਰਨਵਾ ਤੇ ਗੁਰੂ ਘਰਾਂ ਚ ਬਦਨਾਮ ਕਰਨ ਗੁਰੂ ਕੋ ਤੋਂ ਅਸੀਂ ਕੁਝ ਲੈਣਾ ਵਾ ਜੀ ਜੀ ਗੁਰੂ ਸਾਹਿਬ ਕੋ ਆਪਾਂ ਸਾਰਿਆਂ ਨੇ ਕੁਝ ਲੈਣਾ ਵਾ ਹਾਂਜੀ ਤੇ ਇਹੋ ਜੇ ਕੰਮ ਕਰਦੇ ਮੈਂ ਤੇ ਲੱਖ ਲਾਂਦੇ ਹਰੇ ਬੰਦੇ ਲਕੂੰਗਾ ਵੀ ਜਿਹੜਾ ਇਹੋ ਜੇ ਕੰਮ ਸਾਡੇ ਨਿਹੰਗਾਂ ਸੰਗਾਂ ਦਾ ਅਕਸ ਨੂੰ ਖਰਾਬ ਕਰਦੇ ਆ ਸਾਡੀ ਪ੍ਰਸ਼ਾਸਨ ਫੇਰ ਦੁਬਾਰਾ ਇਹੋ ਹੱਥ ਛੋੜ ਕੇ ਬਹਿੰਦੀ ਆ ਵੀ ਜਲਤੋ ਜਲਦ ਉਹਨੂੰ ਵੀ ਨਿਆਂ ਦਵਾਇਆ ਜਾਵੇ ਤੇ ਜਿਹੜਾ ਬਾਬਾ ਜੀ ਮੇਜਰ ਸਿੰਘ ਸਾਹਿਬ ਜੀ ਛੋਟੀ ਸਾਹਿਬ ਦੀ ਗੱਲ ਆ ਉਹ ਵੀ ਬਿਲਕੁਲ ਉਸ ਟਾਈਮ ਉੱਥੇ ਹਾਜ਼ਰ ਨਹੀਂ ਹਿੰਗੇ ਹਾਂਜੀ ਉਹ ਮੇਜਰ ਸਾਹਿਬ ਹਿੰਗੇ ਇਹ ਵਿੱਚ ਸੋਚੀ ਸਮਝੀ ਸਾਜ਼ਿਸ਼ ਆ ਸੋਚੀ ਸਮਝੀ ਚਾਲ ਦੇ ਨਾਲੇ ਔਰ ਵੇਖੋ ਜਿਹੜੀ ਵੀਡੀਓ ਆਪਾਂ ਸੁਣਦੇ ਆ ਨਿਹੰਗ ਸਿੰਘ ਦੀ ਜਾਂ ਉਹਦੇ ਆਪਣੇ ਬਿਆਨ ਉਹਨੂੰ ਦਿੱਤੇ ਆ ਉਹ ਪੂਰੇ ਜਿੰਨਾ ਤੋਲ ਮੇਲ ਕੇ ਪਹਿਲਾਂ ਉਹਨੂੰ ਸਮਝਾਇਆ ਗਿਆ ਬੁਝਾਇਆ ਗਿਆ ਵੀ ਤੂੰ ਇਸ ਤਰ੍ਹਾਂ মিডিਆ ਸਾਹ ਦੇ ਕੇ ਉਹਤੇ ਬਿਆਨ ਦੇ ਦੇ ਉਦੋਂ ਬਾਅਦ ਹੋ ਸਕਦਾ ਉਹਦੇ ਵਿੱਚ ਬੰਦਾ ਕੋਈ ਸਾਜ਼ੀ ਹੋਵੇ ਬਿਆਨ ਇਹਦੇ ਕੋ ਦੇ ਦੋ ਗੱਲ ਇਹਨਾਂ ਦੇ ਚੱਲਣ ਦੀ ਤੇ ਕੰਮ ਇਦਾਂ ਕਰ ਦੋ ਤਾਂ ਐਸੀ ਨਿਹੰਗ ਸਿੰਘ ਜਥੇਬੰਦੀਆਂ ਦੇ ਕੁਝ ਆਗੂ ਤੇ ਕੁਝ ਨਿਹੰਗ ਸਿੰਘ ਸੀ ਜਿਨ੍ਹਾਂ ਨੇ ਕਿਹਾ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਜਿਹੜੀਆਂ ਸਾਜ਼ਿਸ਼ਾਂ ਆ ਉਹ ਕੀਤੀਆਂ ਜਾ ਰਹੀਆਂ ਕਿਉਂਕਿ 6 ਜੂਨ ਦਾ ਦਿਨ ਵੀ ਨਜ਼ਦੀਕ ਆਂਦਾ ਜਾ ਰਿਹਾ ਹੈ ਤਾਂ 6 ਜੂਨ ਦੇ ਦਿਨ ਨੂੰ ਲੈ ਕੇ ਵੀ ਨਿਹੰਗਾ ਸਿੰਘਾਂ ਦੇ ਬਾਣਿਆਂ ਨੂੰ ਲੈ ਕੇ ਵੀ ਜਿਹੜੀਆਂ ਇਹ ਸਾਜ਼ਿਸ਼ਾਂ ਆ ਉਹ ਰਚੀਆਂ ਜਾ ਰਹੀਆਂ ਨਾਲੇ ਉਹਨਾਂ ਨੇ ਕਿਹਾ ਕਿ ਜੋ ਬੀਤੇ ਦਿਨੀ ਅੰਮ੍ਰਿਤਸਰ ਵਿੱਚ ਘਟਨਾ ਕੱਟੀ ਹੈ ਉਸ ਤੇ ਪੁਲਿਸ ਨੂੰ ਕੋਕ ਕਰਨੀ ਚਾਹੀਦੀ ਆ ਅਗਰ ਤੇ ਉਹ ਵਿਅਕਤੀ ਅਸਲ ਚ ਨਿਹੰਗ ਸਿੰਘ ਨਿਕਲਦਾ ਹੈ ਤਾਂ ਫਿਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਉਸ ਦਾ ਕਰੜਾ ਵਿਰੋਧ ਕੀਤਾ ਜਾਏਗਾ ਤਾਂ ਨਾਲੇ ਉਹਨਾਂ ਨੇ ਕਹਿ ਗਿਆ ਕਿ ਅਗਰ ਉਹ ਵਿਅਕਤੀ ਨਿਹੰਗ ਸਿੰਘ ਨਹੀਂ ਨਿਕਲਦਾ ਤਾਂ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਨਿਹੰਗਾਂ ਦੇ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਗਲੀ ਜਾਂਚ ਵਿੱਚ ਪੁਲਿਸ ਕੀ ਸਾਹਮਣੇ ਲੈ ਕੇ ਆਉਂਦੀ ਹੈ ਕਿ ਆਖਰ ਉਹ ਨਿਹੰਗ ਸਿੰਘ ਸੀ ਜਾਂ ਨਹੀਂ ਅਗਰ ਨਿਹੰਗ ਸਿੰਘ ਨਿਕਲਦਾ ਤਾਂ ਫਿਰ ਇਸ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀ ਕਾਰਵਾਈ ਅੱਗੋਂ ਅਮਲ ਚੱਲਿਆ ਜਾਂਦੀ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਟੀਵੀ ਐਨ ਆਰ ਆਈ ਅੰਮ੍ਰਿਤਸਰ